ਬੇਟੇ ਨੇ ਮੇਰੇ ਜੀ ਦੋਨੋਂ ਤੇ ਤੁਹਾਡੇ ਬੜੇ ਫੈਨ ਨੇ ਇਹ ਤੁਹਾਨੂੰ ਦੇਖਦੇ ਰਹਿੰਦੇ ਨੇ ਟਿਕਟੋਕ ਤੇ ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕੁਮ ਨਾਜ਼ਰੀਨ ਤੁਹਾਡਾ ਆਪਣਾ ਮੇਜ਼ਬਾਨ ਤਨਵੀਰ ਖਾਨ ਕਾਵਜ ਤੁਹਾਡੀ ਖਿਦਮਤ 'ਚ ਹਾਜ਼ਰ ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਆਪਣਾ ਮੁੰਡੀ ਗਿੱਲ ਜਿਸ ਤਰ੍ਹਾਂ ਕਿ ਨਾਜ਼ਰੀਨ ਨੂੰ ਪਤਾ ਕਿ ਅਸੀਂ ਜਲਾਲਾ ਸ਼ਰੀਫ ਆਏ ਹਾਂ ਜੀ ਆਪਣੇ ਤਹਿਸੀਲ ਸ਼ਖੇਗੜ੍ਹ ਦਾ ਪਿੰਡ ਆ ਇੰਡੀਅਨ ਬਾਰਡਰ ਦੇ ਬਿਲਕੁਲ ਕਿਨਾਰੇ ਦੇ ਔਰ ਉਮਰ ਖਾਨ ਮੇਰੇ ਨਾਲ ਆ ਅਨਸ ਖਾਨ ਮੇਰੇ ਨਾਲ ਅਸੀਂ ਆਪਣੇ ਮਾਮੂ ਦੇ ਘਰੋਂ ਚੱਲੇ ਹਾਂ ਦਰਬਾਰ ਸ਼ਰੀਫ ਵੱਲ ਜਿੱਧਰ ਉਰਸ ਮੁਬਾਰਕ ਹੈ ਉਹ ਆਪਣੇ ਨਾ ਝੂਲਿਆਂ ਦਾ ਔਰ ਦੁਕਾਨਾਂ ਵਗੈਰਾ ਦਾ ਵਿਜ਼ਿਟ ਕਰਵਾਉਂਦੇ ਹਾਂ ਦਰਬਾਰ ਸ਼ਰੀਫ ਦਾ ਵੀ ਵਿਜ਼ਿਟ ਕਰਵਾਉਂਦੇ ਹਾਂ ਉਮਰ ਖਾਂ ਔਰ ਅਨਸ ਖਾਂ ਮੇਰੇ ਨਾਲ ਜਾ ਰਹੇ ਨੇ ਅਸੀਂ ਚੱਲਦੇ ਉਮਰ ਖਾਂ ਕਹਿ ਰਿਹਾ ਜੀ ਮੋਟਰਸਾਈਕਲ 'ਤੇ ਜਾਣਾ ਮੈਂ ਕਿਹਾ ਜੀ ਮੋਟਰਸਾਈਕਲ 'ਤੇ ਨਹੀਂ ਪੈਦਲ ਪਿੰਡ ਦੀ ਦੂਸਰੀ ਸਾਈਡ 'ਤੇ ਜਿਹੜਾ ਦਰਬਾਰ ਸ਼ਰੀਫ ਹੈ ਚੱਲਦੇ ਹਾਂ ਉਮਰ ਬੇਟਾ ਪੈਦਲ ਚੱਲਦੇ ਹਾਂ ਮੋਟਰਸਾਈਕਲ ਰਹਿੰਦੇ ਹਾਂ ਅਸੀਂ ਆਪਣੇ ਘਰ ਖੜੀ ਕਰਨੇ ਹਾਂ ਮੋਟਰਸਾਈਕਲ ਉੱਥੇ ਅਸੀਂ ਕਿੱਥੇ ਖੜੀ ਕਰਾਂਗੇ ਕੋਈ ਤੇਲ ਕੱਢ ਲਏਗਾ ਹਾਂ ਆ ਕੇ ਚਲਾਉਣੀ ਅੱਜ ਇਹਨੂੰ ਮੋਟਰਸਾਈਕਲ ਚਲਾਉਣ ਦੀ ਥੋੜ੍ਹੀ ਜਿਹੀ ਜਾਂਚ ਆ ਗਈ ਆ ਅਤੇ ਕਹਿੰਦਾ ਜੀ ਮੋਟਰਸਾਈਕਲ ਚਲਾਉਣੀ ਹੈ ਇਹਨੂੰ ਸਿਖਾਵਾਂਗੇ ਆਸਾ ਆਸਾ ਅਜੇ ਵੈਸੇ ਇਹਦੇ ਪੈਰ ਨਹੀਂ ਲੱਗਦੇ ਆਸਾ ਆਸਾ ਪੈਰ ਵੀ ਲੱਗਣਗੇ ਨਾਜ਼ਰੀਨ ਮੈਂ ਵੀ ਹਾਂ ਨਾਜ਼ਰੀਨ ਮੈਂ ਵੀ ਆ ਗਿਆ ਅਨਸ ਖਾਂ ਵੀ ਆ ਗਿਆ ਜੀ ਅਤੇ ਚੱਲਦੇ ਹਾਂ ਅਸੀਂ ਦਰਬਾਰ ਵਾਲੇ ਜਲਾਲਾ ਸ਼ਰੀਫ ਦਾ ਚੌਕ ਹੈ ਵਿਹਲਿਆਂ ਦਾ ਡੇਰਾ ਵਿਹਲਿਆਂ ਦਾ ਅੱਡਾ ਕਹਿੰਦੇ ਨੇ ਜੀ ਅਸਲਾਮੁ ਅਲੈਕੁਮ ਆਪਣੇ ਜੀ ਆਪਣੇ ਵੀ ਸਾਡੇ ਇਕਬਾਲ ਸਾਹਿਬ ਮਿਲ ਗਏ ਨੇ ਇਕਬਾਲ ਸਾਹਿਬ ਹੋਰ ਸੁਣਾਓ ਠੀਕ ਠਾਕ ਜੀ ਸਭ ਘਰ ਕੀ ਹੈ ਹੋਰ ਸਿਹਤ ਦੀ ਸੁਣਾਓ ਸਭ ਘਰ ਕੀ ਹਾਲ ਹੈ ਮਾਮ ਜੀ ਠੀਕ ਠਾਕ ਹੋਰ ਸੁਣਾਓ ਭਾਈ ਜੀ ਠੀਕ ਠਾਕ ਜੀ ਇਹ ਵਿਹਲਿਆਂ ਦਾ ਅੱਡਾ ਜੀ ਇਸ ਚੌਂਕ ਨੂੰ ਵਿਹਲਿਆਂ ਦਾ ਅੱਡਾ ਕਿਹਾ ਜਾਂਦਾ ਔਰ ਅਸੀਂ ਦਰਬਾਰ ਸ਼ਰੀਫ ਵਾਲੀ ਸਾਈਡ ਨੂੰ ਚੱਲੇ ਹਾਂ ਬੱਚਿਆਂ ਨੂੰ ਲੈ ਕੇ ਇਕਬਾਲ ਭਾਈ ਹੁਣੀ ਮਿਲੇ ਨੇ ਮਾਮੂ ਨਹੀਂ ਮਿਲੇ ਨੇ ਅਤੇ ਜਾਣਾ ਕਿਸੇ ਨੇ ਉੱਧਰ ਨੂੰ ਦਰਬਾਰ ਵੱਲ ਨੂੰ ਅੱਛਾ ਜੀ ਅਸਲ 'ਚ ਉਹ ਕਹਿੰਦੇ ਨੇ ਗਰਕੀ ਮੁਰਗੀ ਦਾਲ ਬਰਾਬਰ ਹੈ ਇਸ ਨਾਲ ਦੀਵੇ ਥੱਲੇ ਹਨੇਰਾ ਹਨੇਰੇ ਵਾਲੀ ਗੱਲ ਆ ਅਤੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਮੇਲਾ ਉਰਸ ਵੇਖਣ ਲੇਕਿਨ ਜਿਹੜੇ ਪਿੰਡ ਦੇ ਲੋਕ ਹੁੰਦੇ ਨੇ ਉਹਨਾਂ ਨੂੰ ਪਰਵਾਹ ਨਹੀਂ ਹੁੰਦੀ ਉਹ ਕਿਸੇ ਵੀ ਪਿੰਡ 'ਚ ਹੋਵੇ ਅਨਸੁਮਰ ਨੂੰ ਲੈ ਕੇ ਠੀਕ ਹੈ ਤੁਸੀਂ ਫਿਰ ਵਿਹਲੇ ਦੇ ਡੇਰੇ 'ਤੇ ਜੀ ਗੱਪਾਂ ਮਾਰੋ ਖੁੱਲੀਆਂ ਤੁਸੀਂ ਜੰਨਤ ਲੈਣੀ ਹੈ ਤਾਂ ਜਾਓ ਲਾਹੌਰ ਮਨਾਰੇ ਪਾਕਿਸਤਾਨ ਫਿਰ ਚਲੋ ਜੀ ਅੱਛਾ ਅਸੀਂ ਰਾਹ 'ਚੋਂ ਨਹੀਂ ਗੁਜ਼ਰਦੇ ਪਏ ਸੀ ਅਤੇ ਦੇਖੋ ਜੀ ਬੱਚਾ ਆਪਣੇ ਭਗਤਾਂ ਦੇ ਬੱਚੇ ਨੇ ਇੱਕ ਆਪਣੇ ਕਤੂਰਾ ਛੋਟਾ ਜਿਹਾ ਛੋਟੇ ਅਸੀਂ ਤੇਰੀ ਵੀਡੀਓ ਬਣਾਉਣ ਡਿਆ ਤੂੰ ਕਿਤੇ ਨੂੰ ਜਾ ਰਿਹਾ ਬੜੀ ਮੁਹੱਬਤ ਹੈ ਤੇਰੀ ਜਾਨਵਰਾਂ ਨਾਲ ਬਈ ਤੂੰ ਜਾਨਵਰਾਂ ਨੂੰ ਜਿਹੜਾ ਨਾ ਖਿਲਾ ਰਿਹਾ ਹੈ ਆਪਣੇ ਨੇ ਸਾਰੇ ਹੀ ਬੋਲ ਨਾ ਆਪਣੇ ਨੇ ਕਿਸੇ ਦੇ ਨੇ ਅਤੇ ਕਿਸੇ ਦੇ ਆਪਣੇ ਨਾ ਜਾਨਵਰਾਂ ਨੂੰ ਰੋਟੀ ਪਾ ਰਿਹਾ ਇਹ ਤਾਂ ਨੇਕੀਆਂ ਕਮਾ ਰਿਹਾ ਫਿਰ ਹੈ ਬੜੀ ਗੱਲ ਆ ਜੀ ਬਹੁਤ ਅੱਛਾ ਕੰਮ ਆ ਜੀ ਹੈ ਬੜੀ ਅੱਛੀ ਗੱਲ ਆ ਦੇਖ ਲਓ ਕਹਿੰਦਾ ਜੀ ਕਿਸੇ ਦੇ ਬੱਚ ਇਹ ਆਪਣੇ ਭਗਤਾਂ ਨੇ ਕਿਸੇ ਦੀਆਂ ਅਤੇ ਕਹਿੰਦਾ ਮੈਂ ਵੈਸੇ ਹੀ ਰੋਟੀ ਪਾ ਰਿਹਾ ਸੀ ਆ ਨਹੀਂ ਯਾਰ ਚਲੋ ਯਾਰ ਚਲੋ ਯਾਰ ਕੋਈ ਨਹੀਂ ਅਸੀਂ ਜੀ ਪਿੰਡ ਤੋਂ ਬਾਹਰ ਵਾਲੀ ਸਾਈਡ 'ਤੇ ਨਿਕਲ ਆਏ ਹਾਂ ਸਾਹਮਣੇ ਤੁਸੀਂ ਸੂਰਜ ਦਾ ਨਜ਼ਾਰਾ ਦੇਖ ਰਹੇ ਹੋ ਔਰ ਇਸ ਰੋਡ ਤੋਂ ਪਰਲੀ ਸਾਈਡ 'ਤੇ ਸਾਹਮਣੇ ਦਰਬਾਰ ਆ ਔਰ ਦੁਕਾਨਾਂ ਵਗੈਰਾ ਲੱਗੀ ਦੀਆਂ ਸਾਹਮਣੇ ਇਸ ਸਾਈਡ 'ਤੇ ਖੱਬੇ ਆ ਸਾਡੇ ਜਲਾਲਾ ਸ਼ਰੀਫ ਦਾ ਕਬਰਸਤਾਨ ਔਰ ਸਾਹਮਣੇ ਪੱਕਾ ਰੋਡ ਆ ਜਿੱਥੋਂ ਦੀ ਮੋਟਰਸਾਈਕਲ ਵਗੈਰਾ ਗੁਜ਼ਰਦੇ ਪਏ ਨੇ ਚਲੋ ਜੀ ਮੀਰਪੁਰ ਨਹੀਂ ਜਾਣਾ ਅਸੀਂ ਜੀ ਸਾਹਮਣੇ ਦਰਬਾਰ ਸ਼ਰੀਫ 'ਤੇ ਜਾਣਾ ਚਲੋ ਅੱਛਾ ਤੁਸੀਂ ਮੀਰਪੁਰੋਂ ਆਏ ਹੋ ਤੁਸੀਂ ਤਾਂ ਮੁੰਡੀ ਖੇਲ ਤੋਂ ਆਏ ਹੋ ਚੱਲਦਾ ਉਰਸ ਦੀ ਵਜ੍ਹਾ ਨਾਲ ਰੋਡ ਬਹੁਤ ਚੱਲਦਾ ਬਹੁਤ ਸਾਰੀਆਂ ਮੋਟਰਸਾਈਕਲਾਂ ਔਰ ਲੋਕ ਜਿਹੜੇ ਨੇ ਟ੍ਰੈਫਿਕ ਜਿਹੜੀ ਹੈ ਨਾ ਬਹੁਤ ਇਸ ਤਰ੍ਹਾਂ ਹੋ ਜਾਂਦੀ ਆ ਜਿਸ ਤਰ੍ਹਾਂ ਮੇਨ ਰੋਡ ਤੋਂ ਹੀ ਟ੍ਰੈਫਿਕ ਗੁਜ਼ਰਦੀ ਹੈ ਸਾਈਡ ਤੋਂ ਦੀ ਹੋ ਗਏ ਬੇਟਾ ਸਾਈਡ ਤੋਂ ਦੀ ਹੋ ਗਏ ਜੀ ਦਰਬਾਰ ਸ਼ਰੀਫ ਆ ਦਰਬਾਰ ਸ਼ਰੀਫ ਜਲਾਲਾ ਸ਼ਰੀਫ ਦਾ ਔਰ ਸਾਹਮਣੇ ਇਸ ਸਾਈਡ 'ਤੇ ਦੁਕਾਨਾਂ ਵਗੈਰਾ ਲੱਗੀ ਦੀਆਂ ਰੋਡ ਬਹੁਤ ਬਿਜ਼ੀ ਹੋ ਗਿਆ ਇਸ ਲਈ ਮੈਂ ਅਨਸੁਮਰ ਨੂੰ ਵੀ ਕਹਿ ਰਿਹਾ ਕਿ ਸਾਈਡ 'ਤੇ ਹੋ ਕੇ ਚਲੋ ਜ਼ਰਾ ਸਾਹਮਣੇ ਦੁਕਾਨਾਂ ਲੱਗੀਆਂ ਜੀ ਇਹ ਲੰਡਾ ਬਾਜ਼ਾਰ ਲੱਗਾ ਦਾ ਸਰਦੀ ਆ ਗਈ ਆ ਲੋਕ ਜਿਹੜੇ ਨੇ ਆਪਣੇ ਸਰਦੀ ਵਾਸਤੇ ਤੁਹਾਨੂੰ ਪਤਾ ਮਹਿੰਗਾਈ ਦਾ ਦੌਰ ਹੈ ਅਤੇ ਲੋਕ ਆਪਣੀ ਪਸੰਦ ਦੀਆਂ ਚੀਜ਼ਾਂ ਖਰੀਦਦੇ ਨੇ ਕੀ ਹਾਲ ਆ ਵੀਰ ਜੀ ਸੇਲ ਸੇਲ ਲੱਗ ਗਈ ਜੀ ਇਸ ਸਾਈਡ 'ਤੇ ਜਲੇਬੀਆਂ ਪਕੌੜੇ ਦੀਆਂ ਦੁਕਾਨਾਂ ਆਪਣਾ ਰਾਜ਼ਕ ਮਿਲ ਗਿਆ ਜੀ ਮੁੰਡੀ ਖੇਲ ਸਟਾਫ 'ਤੇ ਜਿਹਦੀਆਂ ਜਲੇਬੀਆਂ ਬੜੀਆਂ ਮਸ਼ਹੂਰ ਨੇ ਹੋਰ ਸੁਣਾ ਰਾਜ਼ਕ ਠੀਕ ਹੈ ਰਾਜ਼ਕ ਭਾਈ ਸਾਡੇ ਲੈ ਕੇ ਇਸ ਜਗ੍ਹਾ 'ਤੇ ਕੋਈ ਸਾਡੇ ਲੈ ਕੇ ਹੋਏ ਤਾਂ ਤਾਬਿਆਂ ਦਾ ਹੋਰ ਸਭ ਕਹਿ ਰਹੀ ਇਹ ਸਾਰੇ ਤੇਰੇ ਭਰਾ ਦਾ ਘਰ ਆ ਤੇਰੇ ਭਰਾ ਦਾ ਪਿੰਡ ਆ ਜੋ ਸਾਡੇ ਲੈ ਕੇ ਤਾਂ ਸਾਨੂੰ ਦੱਸਣਾ ਕਿਸੇ ਚੀਜ਼ ਦੀ ਕੋਈ ਜ਼ਰੂਰਤ ਹੋਏ ਹੋਰ ਸਭ ਕਹਿ ਰਹੀ ਬੜੀਆਂ ਜ਼ਬਰਦਸਤ ਜਲੇਬੀਆਂ ਦੇਖੋ ਹੋਰ ਸੁਣਾ ਰਾਜ਼ਕ ਕੀ ਹਾਲ ਆ ਵੀਰ ਜੀ ਹੋਰ ਸੁਣਾਓ ਠੀਕ ਠਾਕ ਵੀਰ ਜੀ ਆਪਣਾ ਮੁੰਡੀ ਖੇਲ ਯੂਟਿਊਬ ਚੈਨਲ ਹੈ ਫੇਸਬੁੱਕ ਪੇਜ ਔਰ ਯੂਟਿਊਬ ਚੈਨਲ ਆਪਣਾ ਮੁੰਡੀ ਖੇਲ ਹੋਰ ਸੁਣਾਓ ਸਭ ਖੈਰ ਕਿਹੜਾ ਪਿੰਡ ਜੀ ਆਪਣਾ ਗਰੋਟੇ ਤੋਂ ਆਏ ਹੋ ਉਰਸ ਦੇਖਣ ਸਲਾਮ ਵੀਰ ਜੀ ਕੀ ਹਾਲ ਜੇ ਕਿਹੜਾ ਇਲਾਕਾ ਜੇ ਗੁਜਰਾਂ ਵਾਲੇ ਤੋਂ ਆਏ ਹੋ ਜ਼ਿਲ੍ਹਾ ਗੁਜਰਾਂ ਵਾਲਾ ਪਿੰਡ ਕਿਹੜਾ ਗੁਜਰਾਂ ਵਾਲੇ 'ਚ
ਵਾਹ ਜ਼ਬਰਦਸਤ ਗਿਰੀ ਵੇਚ ਦਿਓ ਤੇ ਮੇਲਿਆਂ 'ਚ ਸਾਰੇ ਵਿਜ਼ਿਟ ਕਰਨਾ ਹੁੰਦਾ ਅੱਕਬ ਹੋਰ ਸੁਣਾ ਠੀਕ ਹੈ ਇਹ ਜੀ 76 ਰੁਪਏ ਗੱਡੀ ਆ ਖਲਾਸਪੁਰ ਤੋਂ ਲਾਹੌਰ ਨੂੰ ਜਾਂਦੀ ਹੈ ਜਲਾਲੇ ਚੋਂ ਮੁਹੱਬਤ ਹੈ ਜਨਾਬ ਇਹ ਸਾਰੇ ਖਾ ਉਹਨਾਂ ਦੀ ਤੇ ਬੜਾ ਨਾਂ ਇਹਦਾ ਇੰਨਾ ਨਾਂ ਤੇ ਸਾਡਾ ਨਹੀਂ ਜਿੰਨਾ ਇਹਦਾ ਨਾਂ ਭਾਜੀ ਅਸੀਂ ਵਾਲੇ ਲੋਕ ਬੜੀ ਦੁਨੀਆ ਨੂੰ ਜਾਣਦੀ ਹੈ ਜੀ ਅਸੀਂ ਵਾਲੇ ਲੋਕ ਕਹਦੇ ਜਲਾਲਾ ਸ਼ਰੀਫ ਆਣਾ ਇਹ ਜਾਂ ਸ਼ਕੇਗੜ ਖਲਾਸਪੁਰ ਤੋਂ ਲਾਹੌਰ ਨੂੰ ਜਾਣਾ ਇਹਦੇ ਭਾਈ ਇਹਨਾਂ ਦੀ ਗੱਡੀ ਆ 76 ਰੁਪਏ ਨਾ ਜੀ ਹਾਂਜੀ 76 ਰੁਪਏ ਉਹ ਖਰੋਤੀ ਆ ਬੜੀ ਗੱਲ ਹੈ ਕਿੱਧਰ ਖੜੀ ਆ ਉਹ ਸਾਹਮਣੇ ਅੱਛਾ ਅੱਛਾ ਇਸ ਸਾਈਡ ਤੇ ਜੀ ਉਹ ਦੁਕਾਨ ਤੋਂ ਪਰਲੀ ਸਾਈਡ ਤੇ ਬੱਸ ਖੜੀ ਆ ਕਿੰਨੇ ਵਜੇ ਨਿਕਲਦੀ ਆ ਇਹ 10:15 ਵਜੇ ਸਵੇਰ 10:15 ਵਜੇ ਨਿਕਲਣੀ ਹੈ ਹੋਰ ਭਾਜੀ ਸੁਣਾਓ ਠੀਕ ਹੈ ਡਿਊਟੀਆਂ ਦੇ ਰਹੇ ਹੋ ਹਾਂਜੀ ਡਿਊਟੀ ਦੇ ਇਹ ਸੁਹਾਗਾ ਕਿਉਂ ਰੱਖ ਦਿੱਤਾ ਤਾਂ ਅੱਗੇ ਵੀ ਮੋਟਰਸਾਈਕਲਾਂ ਗੱਡੀਆਂ ਨਾ ਜਾਣ ਅੱਛਾ ਸਕੂਟੀ ਦਾ ਸਾਰਾ ਇੰਜਾਮ ਦੇ ਰਹੇ ਹੋ ਤੁਸੀਂ ਸਕੂਟੀ ਸਕੂਟੀ ਵਾਲੇ ਹੋ ਤੁਸੀਂ ਮਾਸ਼ਾਅੱਲਾ ਅੱਗੇ ਮੋਟਰਸਾਈਕਲ ਕੋਈ ਨਹੀਂ ਜਾਣ ਦੇਣਾ ਹੈ ਸਹੀ ਹੈ ਸਟੈਂਡ ਬਣਾਇਆ ਕੋਈ ਸਟੈਂਡ ਪ੍ਰੋਟੋਕੋਲ ਦੇਣਾ ਮਹਿਮਾਨਾਂ ਨੂੰ ਬਹੁਤ ਅੱਛੀ ਗੱਲ ਆ ਜੀ ਆਪਣੇ ਉਰਸ ਮੁਬਾਰਕ ਦੇ ਜਿਹੜੇ ਮਹਿਮਾਨ ਆਉਂਦੇ ਨੇ ਕਹਿੰਦੇ ਨੇ ਕਿ ਉਹਨਾਂ ਨੂੰ ਪ੍ਰੋਟੋਕੋਲ ਦੇਈਦਾ ਬੜੀ ਗੱਲ ਆ ਜੀ ਬੜੀ ਅੰਸ ਕਹਾਂ ਸਾਡੇ ਨਾਲ ਨਿਖੜ ਗਿਆ ਮੈਨੂੰ ਪਹਿਲੇ ਦੱਸ ਵੀ ਤੂੰ ਕਿੱਥੇ ਗਿਆ ਵਾ ਸੀ ਅੰਸ ਕਹਾਂ ਯਾਰ ਗੈਪ ਹੋ ਗਿਆ ਹੋਰ ਵੀਰ ਜੀ ਸੁਣਾਓ ਠੀਕ ਹੋ ਕਿਹੜਾ ਪਿੰਡ ਆਪਣਾ ਸ਼ਕੇਗੜ ਤੋਂ ਹੈ ਉਰਸ ਵੇਖਣਾ ਨਹੀਂ ਬੇਟਾ ਉਹ ਨਹੀਂ ਖੇਡੀਦਾ ਚਲੋ ਆ ਜਾਓ ਇਸ ਸਾਈਡ ਤੇ ਜੀ ਝੂਲੇ ਵਗੈਰਾ ਲੱਗੇ ਦੇ ਨੇ ਔਰ ਬੱਚੇ ਝੂਲੇ ਲੈ ਰਹੇ ਨੇ ਤੁਹਾਨੂੰ ਦਿਖਾਉਂਦੇ ਹਾਂ ਇਹ ਸਾਹਮਣੇ ਟ੍ਰੇਨ ਆ ਜੀ ਔਰ ਝੂਲੇ ਇਸ ਸਾਈਡ ਤੇ ਝੂਲੇ ਘੋੜੇ ਵਾਲੇ ਝੂਲੇ ਦੂਸਰੇ ਪੰਘੂੜੇ ਵਾਲੇ ਝੂਲੇ ਜਿਹੜੇ ਛੋਟਾ ਝੂਲਾ ਨਾ ਬੱਚੇ ਲੈ ਰਹੇ ਨੇ ਸਾਹਮਣੇ ਕਿਸ਼ਤੀ ਲੱਗੀ ਹੈ ਬੱਚੇ ਜਿਹੜੇ ਨੇ ਸਾਨੂੰ ਤਾਂ ਡਰ ਲੱਗਦਾ ਜੀ ਕਿਸ਼ਤੀ 'ਤੇ ਝੂਲਾ ਲੈਂਦੇ ਹਾਂ ਲੇਕਿਨ ਬੱਚੇ ਜਿਹੜੇ ਨੇ ਅੱਜ ਕੱਲ੍ਹ ਦੇ ਬੜੇ ਤਗੜੇ ਦਲੇਰ ਨੇ ਲੈ ਲੈਂਦੇ ਝੂਲੇ ਵਗੈਰਾ ਇਸ ਸਾਈਡ ਤੇ ਪੀਂਘਾਂ ਨੇ ਬੱਚੇ ਛੋਟੇ ਛੋਟੇ ਨਾ ਪੀਂਘਾਂ ਦੇ ਊਟੇ ਲੈ ਰਹੇ ਨੇ ਵਾਹ ਦੇਖੋ ਜੀ ਉਹ ਬੱਚੇ ਦਾ ਦੇਖੋ ਉੱਤੇ ਕਿੱਥੇ ਬੈਠਾ ਦਾ ਹੈ ਨਹੀਂ ਕਮਾਲ ਮਨਿਆਰੀ ਵਾਲੀ ਸਾਈਡ 'ਤੇ ਆ ਗਿਆ ਮਨਿਆਰੀ ਦੀਆਂ ਦੁਕਾਨਾਂ ਕੁਛ ਲੋਕ ਖੋਲ੍ਹਦੇ ਪਏ ਨੇ ਕੁਛ ਜਿਹੜੀਆਂ ਨੇ ਸੈੱਟ ਸੁੱਟ ਕਰ ਲਈਦੀਆਂ ਨੇ ਇਹ ਸਾਰਾ ਮਨਿਆਰੀ ਦਾ ਇੱਧਰ ਸਮਾਨ ਔਰ ਇਸ ਸਾਈਡ 'ਤੇ ਨਾ ਤੁਹਾਨੂੰ ਦੱਸਦੇ ਹਾਂ ਕਿ ਬਰਤਨਾਂ ਦੀਆਂ ਦੁਕਾਨਾਂ ਵੀ ਨੇ ਆਹ ਦੇਖੋ ਜਿਸ ਤਰ੍ਹਾਂ ਕੱਪਾਂ ਵਾਲੀਆਂ ਦੂਸਰੇ ਆਪਣੇ ਬਰਤਨਾਂ ਦੀਆਂ ਔਰ ਇਹ ਦੇਖੋ ਬਹੁਤ ਫਸਟ ਕਲਾਸ ਕਿਸਮ ਦੇ ਜਿਹੜੇ ਨਾ ਇਹ ਜ਼ਿਆਦਾ ਦੁਕਾਨਾਂ ਗੁਜਰਾਂ ਵਾਲੇ ਤੋਂ ਆਉਂਦੀਆਂ ਨੇ ਬੜਾ ਬਿਹਤਰੀਨ ਜਿਹੜਾ ਨਾ ਸਮਾਨ ਆ ਇਸ ਸਾਈਡ 'ਤੇ ਘੜੀਆਂ ਲੱਗੀ ਦੀਆਂ ਜੀ ਭਾਅ ਜੀ ਕੀ ਹਾਲ ਆ ਕਿਹੜਾ ਇਲਾਕਾ ਜੇ ਸ਼ਕੇਗੜ ਫਿਰ ਤਾਂ ਲਾਗੇ ਵੀ ਆਏ ਹੋ ਕੋਨਾ ਵਾਲੀਆਂ ਮਸ਼ੀਨਾਂ ਲੱਗੀ ਦੀਆਂ ਇਸ ਸਾਈਡ 'ਤੇ ਵੀ ਕੋਨਾ ਵਾਲੀ ਮਸ਼ੀਨ ਲੱਗੀ ਦੀ ਅਸੀਂ ਜਾ ਰਹੇ ਹਾਂ ਜੀ ਹੁਣ ਦਰਬਾਰ ਵਾਲੀ ਸਾਈਡ ਨੂੰ ਤੁਹਾਨੂੰ ਦਰਬਾਰ ਦਾ ਥੋੜ੍ਹਾ ਜਿਹਾ ਵਿਜ਼ਿਟ ਕਰਵਾਉਂਦੇ ਹਾਂ ਮਨਿਆਰੀ ਦੀਆਂ ਬਹੁਤ ਦੁਕਾਨਾਂ ਨੇ ਜੀ ਖਾਂ ਜੀ ਹੋਰ ਸੁਣਾਓ ਸਭ ਖੈਰ ਪਾਸਲਾਮ ਕੀ ਹਾਲ ਆ ਠੀਕ ਜੇ ਦੇਖ ਲਓ ਤੁਹਾਡੇ ਮਗਰ ਮਗਰ ਪਹੁੰਚ ਗਏ ਅਸੀਂ ਕੰਮ ਸ਼ਮ ਠੀਕ ਹੈ ਆਹ ਅਸੀਂ ਜ਼ਰਾ ਦਰਬਾਰ 'ਚ ਹੋ ਗਿਆ ਜੀ ਅਨਸੁਮਰ ਆ ਜਾਓ ਜ਼ਰਾ ਦਰਬਾਰ ਵਾਲੀ ਸਾਈਡ ਤੋਂ ਦਿਖਾ ਕੇ ਜੀ ਆ ਜਾਓ ਆ ਜਾਓ ਇਸ ਸਾਈਡ 'ਤੇ ਅੱਲਾ ਖੈਰ ਕਰੇ ਕੀ ਹੋ ਗਿਆ ਅਲੀ ਅੱਛਾ ਅਲੀ ਜੱਟ ਆ ਗਿਆ ਟਿਕਟੋਕਰ ਅਲੀ ਜੱਟ ਬੜਾ ਫੇਮਸ ਬੰਦਾ ਜੀ ਉਹ ਆਇਆ ਦਾ ਇੱਧਰ ਜੀ ਸਕੂਟੀ ਵਾਲੇ ਆਪਣੀਆਂ ਕੈਪਾਂ ਕੁਪਾਂ ਸੈੱਟ ਕਰਦੇ ਪਏ ਨੇ ਭਾਅ ਜੀ ਸੋਟੇ ਮਾਰਿਓ ਮੂਰਿਓ ਨਾ ਤੁਹਾਡੀ ਮਿਹਰਬਾਨੀ ਹੈ ਲੋਕਾਂ ਨੂੰ ਨਾ ਸਿਰ ਡਰਾਇਰ ਡਰੂਏ ਹਾਂਜੀ ਅੱਛਾ ਜੀ ਨਹੀਂ ਬਦਮਾਸ਼ੀ ਤਾਂ ਵੈਸੇ ਸੁਣਿਆ ਜਲਾਲਾ ਸ਼ਰੀਫ 'ਚ ਕੋਈ ਕਰਦਾ ਹੀ ਨਹੀਂ ਹਾਂਜੀ ਇਹ ਉਰਸ ਮੁਬਾਰਕ ਹੈ ਮੇਲਾ ਥੋੜ੍ਹਾ ਹਾਂਜੀ ਤਹਫਜ਼ ਵਾਸਤੇ ਉਹਨਾਂ ਨੂੰ ਕੇਅਰ ਕਰਨੀ ਜਿਹੜੇ ਮਹਿਮਾਨ ਆਉਂਦੇ ਨੇ ਐਡੇ ਐਡੇ ਦੂਰ ਸੇਲ ਕਰਦੇ ਨੇ ਸਾਨੂੰ ਮਨਜ਼ੂਰ ਭਰਾ ਪਲਾਟ ਮੇਲੇ ਤੇ ਵੀ ਮਿਲੇ ਸੀ ਹੋਰ ਸੁਣਾਓ ਵੀਰ ਜੀ ਠੀਕ ਹੋ ਕੰਮ ਸ਼ਮ ਕੈਸਾ ਔਰ ਇਸ ਸਾਈਡ ਤੋਂ ਵੀ ਆ ਦੇਖੋ ਜੀ ਆਂਡੇ ਫਰਾਈ ਹੋ ਰਹੇ ਨੇ ਕਿਹੜਾ ਇਲਾਕਾ ਵੀਰ ਜੀ ਉਹ ਬੜੀ ਗੱਲ ਆ ਭਾਜੀ ਸ਼ਕੇਗੜ ਤੋਂ ਆਏ ਨੇ ਹਾਂਜੀ ਹਾਂਜੀ ਇਸ ਲਈ ਪੁੱਛਿਆ ਤੁਹਾਨੂੰ ਜੀ ਸ਼ਕੇਗੜ ਤੋਂ ਆਏ ਨੇ ਜੀ ਆਪਣੇ ਆ ਦੇਖ ਲਓ ਗੋਸ਼ਤ ਫਰਾਈ ਕਰਦੇ ਨੇ ਆਂਡੇ ਫਰਾਈ ਕਰਦੇ ਨੇ ਕੀ ਹਾਲ ਆ ਭਾਜੀ ਠੀਕ ਜੇ ਫੈਸਲਾਬਾਦ ਤੋਂ ਉਰਸ ਦੇਖਣ ਬੜੀ ਗੱਲ ਆ ਜੀ ਬੜੀ ਗੱਲ ਔਰ ਇਸ ਸਾਈਡ ਤੇ ਮੂੰਗਫਲੀ ਦਾ ਸਟਾਲ ਵੀ ਲੱਗਾ ਦਾ ਜੀ ਭਾਜੀ ਮੂੰਗਫਲੀ ਚੜ੍ਹਦੇ ਸਿਆਲ 'ਚ ਆ ਗਈ ਹੈ ਕੀ ਰੇਟ ਹੈ 1000 ਰੁਪਏ ਕਿਲੋ ਭਾਜੀ 2000 ਰੁਪਏ ਕਿਲੋ ਬਦਾਮ ਆ 1000 ਰੁਪਏ ਕਿਲੋ ਮੂੰਗਫਲੀ ਜੇ ਇਹ ਹੁਣ ਤੁਸੀਂ ਸੋਚਣਾ ਮੂੰਗਫਲੀ ਖਾਣੀ ਹੈ ਕਿ ਬਦਾਮ ਖਾਣੇ ਨੇ ਆਹ ਦੇਖ ਲਓ ਜੀ
ਕਿਹੜੀ ਜ਼ਬਰਦਸਤ ਮੂੰਗਫਲੀ ਹੈ, ਵੈਸੇ ਸਾਫ਼ ਸੁਥਰੀ ਮੂੰਗਫਲੀ ਹੈ। ਦਰਬਾਰ ਵਾਲੀ ਸਾਈਡ ਨੂੰ ਅੰਦਰ ਚੱਲ ਰਿਹਾ। ਸੁਲਤਾਨ ਭਾਈ ਹੋਰ ਸੁਣਾਓ, ਠੀਕ ਹੋ? ਸਭ ਖੈਰ ਕਰੀਏ। ਉਰਸ ਵੇਖਣ ਆਇਓ ਅੱਜ ਬਿਹੜੀਆਂ ਵਾਲੀ ਸਾਈਡ ਦਾ, ਕਮਾਲ ਹੋ ਗਿਆ ਜੀ, ਜ਼ਬਰਦਸਤ। ਸੁਲਤਾਨ ਭਾਈ ਹੋਰ ਸਭ ਖੈਰ ਕਰੀਏ ਦਾ? ਅਲਹਮਦੁਲਿਲਾ ਜੀ, ਦੁਆਵਾਂ। ਲਾਹੌਰ ਵਾਲੇ ਵੀ ਠੀਕ ਠਾਕ ਨੇ? ਲਾਹੌਰ ਵਾਲੇ ਵੀ ਠੀਕ ਠਾਕ ਨੇ, ਸਲਾਮ ਦੁਆ ਦਿੰਦੇ ਹੀ ਬਾਜੀ। ਚਲੋ ਜੀ, ਵਾਲੇਕੁਮ ਸਲਾਮ। ਚਲੋ ਆਇਓ ਫਿਰ ਦਰਬਾਰ ਦਾ ਥੋੜ੍ਹਾ ਜਿਹਾ ਵਿਜ਼ਿਟ ਕਰੀਏ। ਆਪਣੇ ਜੀ ਦਰਬਾਰ ਸ਼ਰੀਫ ਦਾ ਮੇਨ ਦਰਵਾਜ਼ਾ। ਹੈਲੋ, ਸਾਹਮਣੇ ਆਪਣੇ ਇਸ ਸਾਈਡ ਤੇ ਸਾਡੇ ਦਿਆਲਪੁਰ ਤੋਂ ਸਾਡੇ ਵੀਰ ਨੇ, ਕੀ ਹਾਲ ਆ ਵੀਰ ਜੀ, ਹੋਰ ਸੁਣਾਓ, ਸਭ ਖੈਰ ਕਰੀਏ ਦਾ? ਸਿਹਤ ਦੀ ਸੁਣਾਓ, ਬੜੀ ਗੱਲ ਆ ਜੀ, ਬੜੀ ਗੱਲ ਆ। ਹੋਰ ਸਭ ਖੈਰ ਕਰੀਏ? ਤੇ ਰਾਹਤ ਨੂੰ ਵੀ ਲੈਣਾ ਸੀ, ਠੀਕ ਹੋ ਗਿਆ ਜੀ, ਮਿਹਰਬਾਨੀ। ਦਰਬਾਰ ਸ਼ਰੀਫ ਦਾ ਇਸ ਸਾਈਡ 'ਤੇ ਵੀ ਤੁਹਾਨੂੰ ਥੋੜ੍ਹਾ ਜਿਹਾ ਵਿਜ਼ਿਟ ਕਰਵਾਉਣਾ। ਇਸ ਸਾਈਡ 'ਤੇ ਜ਼ਿਆਦਾ ਇਹਤਮਾਮ ਜਿਹੜਾ ਲੇਡੀਜ਼ ਦਾ, ਔਰ ਇੱਕ ਦਰਬਾਰ ਸ਼ਰੀਫ ਹੈ ਇਸ ਸਾਈਡ 'ਤੇ, ਹੈ ਦਰਬਾਰ ਸ਼ਰੀਫ ਹੈ ਇਸ ਸਾਈਡ 'ਤੇ। ਤੁਹਾਨੂੰ ਦੱਸ ਰਿਹਾ ਕਿ ਰਾਤ ਨੂੰ ਮਹਿਫਲੇ ਪਾਕ ਹੋਣੀ ਹੈ, ਉਸ ਪ੍ਰੋਗਰਾਮ ਵਾਸਤੇ ਸਾਊਂਡ ਸਿਸਟਮ ਔਰ ਜਿਹੜਾ ਤਿਆਰੀ ਸ਼ਿਆਰੀ ਹੋ ਰਹੀ ਹੈ ਸਰ। ਜੀ ਜੀ, ਬਹੁਤ ਬੜੀ ਮਹਿਫਲ ਹੁੰਦੀ ਹੈ ਜੀ, ਸਾਊਂਡ ਵਗੈਰਾ ਲੱਗਦਾ ਪਿਆ। ਕਮ ਅਜ਼ ਕਮ ਮੇਰਾ ਖਿਲਾ ਕੋਈ 15-16 ਡੱਬੇ ਹੋਣੇ ਨੇ ਲੱਗਣੇ ਨੇ। ਦੇਖੋ ਇਸ ਜਗ੍ਹਾ 'ਤੇ ਮਹਿਫਲ ਪਾਕ ਹੋਏਗੀ ਰਾਤ ਨੂੰ, ਔਰ ਬੜੀ ਬੜੀ ਦੂਰੋਂ ਦੁਨੀਆ ਆਉਂਦੀ ਹੈ ਜਲਾਲਾ ਸ਼ਰੀਫ ਦਰਬਾਰ ਸ਼ਰੀਫ 'ਤੇ। ਸਾਨੂੰ ਆਪਣੇ ਦਰਬਾਰ ਸ਼ਰੀਫ 'ਤੇ ਜੀ ਸ਼ਰੋਜ਼ ਅਹਿਮਦ ਆਪਣਾ ਬੇਟਾ ਮਿਲਿਆ ਸਾਨੂੰ, ਬੜਾ ਫੈਨ ਆ ਸਾਡਾ, ਸਾਡਾ ਪੁੱਤਰ ਆ, ਅਤੇ ਸਾਨੂੰ ਬੜਾ ਵੇਖਦਾ, ਮੈਨੂੰ ਦੇਖ ਕੇ ਪਹਿਚਾਣ ਲਿਆ, ਕਹਿੰਦਾ ਕਿ ਮੈਂ ਤੁਹਾਨੂੰ ਵੀਡੀਓ 'ਚ ਦੇਖਣਾ। ਬੜੀ ਮਿਹਰਬਾਨੀ ਹੈ ਬੇਟਾ ਜੀ ਤੁਹਾਡੀ, ਅੱਲਾ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਅਤੇ ਹਾਂ ਇਹ ਵੀਡੀਓ ਵੀ ਲਾਜ਼ਮੀ ਦੇਖਣੀ ਹੈ, ਠੀਕ ਹੈ? ਹਾਂ, ਇਹਦੇ 'ਚ ਤੂੰ ਆਇਆ ਹੁਣ ਦੇਖ ਲਾ, ਬਾਏ ਬਾਏ ਕਰ ਦਿਓ ਜ਼ਰਾ, ਟਾਟਾ, ਜ਼ਿੰਦਾਬਾਦ ਸ਼ਰੋਜ਼ ਖਾਨ, ਜ਼ਿੰਦਾਬਾਦ ਜੀ। ਸਰ ਦੇ ਜੀ ਲਾਹੌਰ ਤੋਂ ਸਾਡੇ ਵੀਰ ਅਲੀ ਜੱਟ ਟਿਕਟੋਕ ਸਟਾਰ ਨੇ, ਉਹ ਜਲਾਲਾ ਸ਼ਰੀਫ ਦਰਬਾਰ ਸ਼ਰੀਫ 'ਤੇ ਪਹੁੰਚੇ ਨੇ, ਔਰ ਅੰਸ ਖਾਨ ਔਰ ਉਮਰ ਖਾਨ ਦੀ ਬੜੀ ਖੁਆਇਸ਼ ਆ ਕਿ ਅਲੀ ਭਾਈ ਨਾਲ ਵੀਡੀਓ ਬਣਾਉਣੀ ਆ। ਅਲੀ ਭਾਈ ਕੋਲੋਂ ਅਸੀਂ ਟਾਈਮ ਲੈ ਰਹੇ ਹਾਂ ਜੀ, ਅਲੀ ਭਾਈ ਤੁਹਾਡੀ ਬੜੀ ਮਿਹਰਬਾਨੀ ਹੈ, ਆਪਣੇ ਬੇਟੇ ਨੇ ਮੇਰੇ ਜੀ ਦੋਨੋਂ, ਅਤੇ ਤੁਹਾਡੇ ਬੜੇ ਫੈਨ ਨੇ, ਇਹ ਤੁਹਾਨੂੰ ਦੇਖਦੇ ਰਹਿੰਦੇ ਨੇ ਟਿਕਟੋਕ 'ਤੇ, ਬਹੁਤ ਦੇਖ ਕੇ ਤੁਹਾਨੂੰ ਉਹਨਾਂ ਨੇ ਪਛਾਣ ਲੈਣਾ ਹੈਗਾ ਜੀ, ਅਲੀ ਭਾਈ ਆਏ ਨੇ ਅਤੇ ਉਹਨਾਂ ਨਾਲ ਵੀਡੀਓ ਬਣਾਉਣੀ ਹੈ, ਅਤੇ ਅਸੀਂ ਅੱਜ ਆਪਣੇ ਵਿਲਾਗ 'ਚ ਫਿਰ ਅਲੀ ਭਾਈ ਨੂੰ ਲੈਂਦਾ, ਠੀਕ ਹੈ ਜੀ? ਅਲੀ ਭਾਈ ਨੇ ਜੀ ਆਪਣੇ ਅਲੀ ਜੱਟ ਟਿਕਟੋਕ ਸਟਾਰ ਨੇ, ਸਾਡੇ ਬੜੇ ਫੇਮਸ ਨੇ ਮਾਸ਼ਾਅੱਲਾ। ਅਲੀ ਭਾਈ ਕੁਝ 10 ਕੁ ਮਿਲੀਅਨ ਦੇ ਲਾਗੇ ਮੇਰਾ ਖਿਆਲ ਹੈ, ਹਾਂ 10 ਮਿਲੀਅਨ ਮਾਸ਼ਾਅੱਲਾ ਪਹੁੰਚ ਗਏ ਨੇ ਜੀ। ਅੱਲਾਹ ਤਾਲਾ ਤੁਹਾਨੂੰ ਜ਼ਿਆਦਾ ਤਰੱਕੀ ਦੇ ਜੀ, ਬੜੀ ਖੁਸ਼ੀ ਹੁੰਦੀ ਹੈ ਤੁਹਾਡੀਆਂ ਵੀਡੀਓ ਦੇਖ ਕੇ ਜੀ, ਅੱਲਾਹ ਤਾਲਾ ਖੁਸ਼ ਰੱਖੀ। ਹੈਂਡਸਮ ਬਾਰੇ ਅਲੀ ਭਾਈ ਨੂੰ ਮਿਲਿਓ, ਖੁਸ਼ ਹੋ? ਚਲੋ ਜੀ, ਬਹੁਤ ਮਿਹਰਬਾਨੀ। ਇਸ ਸਾਈਡ 'ਤੇ ਜੀ ਆਪਣੇ ਜਿਹੜੇ ਮਹਿਮਾਨ ਦੂਰੋਂ ਦੂਰੋਂ ਆਉਂਦੇ ਨੇ, ਉਹਨਾਂ ਵਾਸਤੇ ਲੰਗਰ ਦੀ ਤਿਆਰੀ ਹੋ ਰਹੀ ਆ, ਬਹੁਤ ਅੱਛੀ ਕਿਸਮ ਦਾ ਜਿਹੜਾ ਲੰਗਰ ਤਿਆਰ ਹੁੰਦਾ। ਤੁਹਾਨੂੰ ਦੱਸਿਆ ਕਿ ਸ਼ਕੇਗੜ੍ਹ ਜ਼ਿਲ੍ਹਾ ਨਾਰਵਲ ਔਰ ਸੂਬਾ ਪੰਜਾਬ 'ਚੋਂ ਕਹਿ ਲਓ ਔਰ ਸਿੰਧ ਕਰਾਚੀ ਤੱਕ ਲੋਕ ਜਿਹੜੇ ਨੇ ਆਪਣੇ ਜਿਹੜੇ ਅਕੀਦਤ ਨਾਲ ਮੁਹੱਬਤ ਨਾਲ ਆਉਂਦੇ ਨੇ, ਉਹਨਾਂ ਵਾਸਤੇ ਖਾਣੇ ਦੀ ਤਿਆਰੀ ਹੁੰਦੀ ਆ। ਔਰ ਰਾਤ ਨੂੰ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਮਹਿਫਲੇ ਪਾਕ ਵੀ ਹੋਣੀ ਆ, ਇਸ ਸਾਈਡ 'ਤੇ ਗੋਸ਼ਤ ਦੇਖ ਲਓ, ਮੋਟਾ ਗੋਸ਼ਤ, ਔਰ ਸਾਡੇ ਰਾਜਾ ਸਾਹਿਬ ਨੇ। ਰਾਜਾ ਸਾਹਿਬ ਕੀ ਹਾਲ ਜੇ, ਠੀਕ ਠਾਕ ਜੇ? ਲੰਗਰ 'ਚ ਕੀ ਪਕਾਉਂਦੇ ਹੋ, ਕੀ ਪਕਾਇਆ ਜਾਂਦਾ? ਹਾਂਜੀ, ਸਾਡੇ ਰਾਜਾ ਬੜੇ ਸਾਦਾ ਜੇ ਨੇ ਜੀ, ਅਤੇ ਵੈਸੇ ਮੋਟਾ ਗੋਸ਼ਤ ਹੈ, ਪਲਾਓ ਆਪਣੇ ਬਿਰਿਆਨੀ, ਹੋਰ ਕੀ ਪਕਾਉਂਦੇ ਹੋ? ਸੁਬਾਹ ਦੇ ਟਾਈਮ ਹਲਵਾ ਪੂੜੀ। ਇਸ ਸਾਈਡ 'ਤੇ ਲੇਡੀਜ਼ ਵਾਲਾ ਹੱਤਾ, ਇਸ ਲਈ ਮੈਂ ਨਹੀਂ ਜਾ ਰਿਹਾ, ਮੈਂ ਕਹਿ ਰਿਹਾ ਤੁਹਾਨੂੰ ਦੂਰੋਂ ਦਰਬਾਰ ਦਾ ਜਿਹੜਾ ਵਿਊ ਦਿਖਾ। ਦਰਬਾਰੋਂ ਅਸੀਂ ਬਾਹਰ ਨਿਕਲੇ ਹਾਂ ਜੀ, ਉਮੀਦ ਕਰਦੇ ਹਾਂ ਕਿ ਅੱਜ ਸਾਡੇ ਨਾਜ਼ਰੀਨ ਨੂੰ ਜਲਾਲਾ ਸ਼ਰੀਫ ਦਰਬਾਰ ਸ਼ਰੀਫ ਦਾ ਉਰਸ ਮੁਬਾਰਕ ਦਾ ਵਿਲਾਗ ਅੱਛਾ ਲੱਗਾ ਹੈਗਾ। ਅਨਸੁਮਰ ਮੇਰੇ ਨਾਲ ਨੇ, ਔਰ ਇਹ ਚੌਕ ਆ, ਅਸੀਂ ਮੇਨ ਗੇਟ ਦੇ ਸਾਹਮਣੇ ਸਾਡੇ ਵੀਰ ਨੇ ਜਲਾਲਾ ਸ਼ਰੀਫ ਤੋਂ ਜਿਹੜੇ ਬੈਠੇ ਨੇ, ਸਿਕਿਉਰਟੀ ਦਾ ਜਿਹੜਾ ਨਾ ਸਰ ਅੰਜਾਮ ਡਿਊਟੀ ਦੇ ਰਹੇ ਨੇ ਕਿ ਲੋਕ ਜਿਹੜੇ ਮੋਟਰਸਾਈਕਲਾਂ ਲੈ ਕੇ ਅੱਗੇ ਨਾ ਜਾਣ। ਫਿਰ ਵੀ ਮੋਟਰਸਾਈਕਲਾਂ ਬਹੁਤ ਅੱਗੇ ਲੈ ਕੇ ਆ ਕੇ ਇੱਥੇ ਖੜੀਆਂ ਕੀਤੀਆਂ ਲੋਕਾਂ ਨੇ, ਇਹ ਇਹਨਾਂ ਨੇ ਪਿੱਛੇ ਵੀ ਸਟੈਂਡ ਬਣਾ ਕੇ ਉੱਥੇ ਖੜੀਆਂ ਕਰਨ। ਔਰ ਉਮੀਦ ਕਰਦੇ ਹਾਂ ਕਿ ਅੱਜ ਦਾ ਵਿਲਾਗ ਤੁਹਾਨੂੰ ਅੱਛਾ ਲੱਗਾ ਹੈਗਾ, ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਲਾਜ਼ਮੀ ਕਰਨਾ, ਔਰ ਨਵੇਂ ਦੋਸਤ ਚੈਨਲ 'ਤੇ ਆਉਣ ਵਾਲੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਸਾਡੇ ਨਾਲ ਜੁੜਨ ਵਾਸਤੇ, ਔਰ ਅੱਲਾਹ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਅੱਲਾਹ ਤਾਲਾ ਤੁਹਾਨੂੰ ਆਪਣੇ ਜ਼ੁਬਾਨ 'ਚ ਰੱਖੇ, ਆਪਣੇ ਦਰਬਾਰ ਸ਼੍ਰੀ ਜਲਾਲਾ ਸ਼੍ਰੀ ਆਪਣੇ ਤਨਵੀਰ ਖਾਨ ਕਾਵਸ਼ ਨੂੰ ਦਿਓ ਇਜਾਜ਼ਤ। ਅੱਲਾਹ ਹਾਫਿਜ਼।